ਆਦਿ ਸੱਚ ਜੁਗਾਦ ਸੱਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੱਚੋ ਕੰਚਨ ਪਇਓ, ਸ਼ਬਦ ਗੁਰ ਸ੍ਰਵਣਿਓ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਨਿਓ, ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਤਾਰੈ, ਪਾਹਨ ਮਾਨਕ ਕਰੈ, ਗਿਆਨ ਸਤਿਗੁਰ ਵਿਚਾਰੈ, ਕਾਠੋ ਸ੍ਰੀ ਖੰਡ ਕੀਏ, ਦੁਖ ਦਲਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸੈ, ਸੇ ਪਾਸ਼ ਪਰੇਤ ਸੁਰ ਨਰ ਪਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਧਰ ਜੀ ਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੇ ਕਿਆ ਮਨਵੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾਵਾਰ, ਅੰਤ ਕਾਰਨ ਕੇਤੇ ਬਿਲਾ ਹੈ, ਤਾਂ ਕੇ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤੂੰ ਸੋਚੇ ਕੋ ਜਾਣੇ ਸੋਏ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤੱਕ ਦੇ ਮਾਲਿਕ, ਦੋ ਜਹਾਨ ਦੇ ਵਾਲੀ, ਵਾਲੀਏ ਕੁਲਾਲਮ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਮੁਬਾਰਕ ਨਿੱਘੀ ਗੋਦ ਅੰਦਰ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਬੜੇ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਮਹਾਰਾਜ ਜੀ ਦੀ ਮੁਬਾਰਕ ਗੋਦ ਅੰਦਰ ਜੁੜ ਕੇ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰ ਪਾਤਸ਼ਾਹ ਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਗਈ ਜਪ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਕੱਲ ਦੇ ਦੀਵਾਨਾ ਵਿੱਚ ਆਪਾਂ 23 ਨੰਬਰ ਪੌੜੀ ਦੀ ਵਿਚਾਰ ਕੀਤੀ ਸੀ, ਅੱਜ ਆਪਾਂ 24 ਨੰਬਰ ਪੌੜੀ ਦੀ ਵਿਚਾਰ ਕਰਨ ਜਾ ਰਹੇ ਹਾਂ। ਸਤਿਗੁਰੂ ਮਹਾਰਾਜ ਜੀ ਨੇ ਅੱਜ ਦੀ ਇਸ ਪੌੜੀ ਦੇ ਅੰਦਰ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਅਕਾਲ ਪੁਰਖ ਪਰਮੇਸ਼ਰ ਇੰਨਾ ਵੱਡਾ ਹੈ ਕਿ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਮੰਨ ਲਓ ਸੰਗਤ ਜੀ, ਕੋਈ ਬੰਦਾ ਸਮੁੰਦਰ ਦੇ ਅੰਦਰ 10-20 ਫੁੱਟ ਡੂੰਘੇ ਥੱਲੇ ਜਾਵੇ ਤੇ ਬਾਹਰ ਆ ਕੇ ਕਵੇ ਕਿ ਸਮੁੰਦਰ ਐਡਾ ਕੀ ਹੈ, ਤੇ ਪੁੱਛਣ ਵਾਲੇ ਨੇ ਪੁੱਛਿਆ ਕਿ ਤੂੰ ਕਿੰਨੀ ਕੀ ਥੱਲੇ ਗਿਆ ਸੀ, ਉਹ ਕਹਿਣ ਲੱਗਾ ਮੈਂ 10-20 ਫੁੱਟ ਥੱਲੇ ਗਿਆ। ਉਹ ਕਹਿਣ ਲੱਗੇ ਤੈਨੂੰ ਪਤਾ ਹੈ ਇਸ ਤੋਂ ਅੱਗੇ ਕੀ ਹੈ,
ਉਹ ਕਹਿਣ ਲੱਗਾ ਕੁਝ ਨਹੀਂ। ਕਹਿਣ ਲੱਗੇ ਤੂੰ ਅੱਗੇ ਗਿਆ ਵਾ? ਕਹਿਣ ਲੱਗਾ ਨਾ। ਫਿਰ ਕਹਿਣ ਲੱਗੇ ਤੂੰ ਕਿੱਦਾਂ ਅੰਦਾਜ਼ਾ ਲਾ ਸਕਦਾ? ਕੀ ਪਤਾ ਤੂੰ ਥੋੜਾ ਜਿਹਾ ਹੋਰ ਨੀਚੇ ਜਾਂਦਾ, ਸ਼ਾਇਦ ਤਲਾ ਮਿਲ ਜਾਂਦਾ। ਇਸ ਕਰਕੇ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਉਸ ਅਕਾਲ ਪੁਰਖ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ, ਅਸੀਂ ਉਹਦੀ ਸਿਰਫ ਸਿਫਤ ਸਲਾਹ ਕਰ ਸਕਦੇ ਹਾਂ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾਂ ਗਵਾਰ, ਉਹਦਾ ਕੋਈ ਤਿਲ ਮਾਤਰ ਜਿੰਨਾ ਵੀ ਅੰਤ ਨਹੀਂ ਪਾ ਸਕਦਾ। ਠੀਕ ਹੈ, ਰੱਬ ਦਾ ਨਾਮ ਜਪਣ ਵਾਲੇ ਉਹਦੇ ਵਿੱਚ ਸਮਾ ਜਾਂਦੇ ਨੇ, ਉਸ ਵਿੱਚ ਲੀਨ ਹੋ ਜਾਂਦੇ ਆ, ਪਰ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਸੰਗਤ ਜੀ, ਮਹਾਰਾਜ ਦੇ ਬਚਨ ਕੀਤੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ, ਉਹ ਗਿਣਨ ਦੇ ਨਾਲ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਉਹ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਹੈ। ਜੇ ਕੋਈ ਦੇਖੋ ਸੰਸਾਰ ਅੰਦਰ ਨਾ ਸੰਗਤ ਜੀ, ਅਸੀਂ ਨਾ ਸਵਾਰਥੀ ਬੜੇ ਹਾਂ, ਕਈ ਵਾਰ ਤਾਂ ਅਸੀਂ ਰੱਬ ਨਾਲ ਵੀ ਸੌਦੇਬਾਜ਼ੀਆਂ ਕਰਨ ਲੱਗ ਜਾਂਦੇ ਹਾਂ ਕਿ ਮੈਂ ਇੰਨੇ ਪਾਠ ਕਰਾਂਗਾ ਤੇ ਰੱਬ ਜੀ ਮੈਨੂੰ ਆਹ ਦਿਓ, ਮੈਂ ਇੰਨੇ ਪਾਠ ਕਰਾਂਗਾ ਮੈਨੂੰ ਆਹ ਦਿਓ। ਦੇਖੋ ਮੈਂ ਕਹਿੰਦਾ ਹੁੰਦਾ ਚਲੋ ਬੜੀ ਚੰਗੀ ਗੱਲ ਹੈ, ਭਾਵੇਂ ਕੋਈ ਪਾਠ ਤਾਂ ਚਲੋ ਕਰਦੇ ਹੀ ਹੈ, ਭਾਵੇਂ ਮਨਸ਼ਾ ਕੀ ਹੈ ਉਹ ਤੈਅ ਕਰਨਾ ਸਮਝਣ ਵਾਲੀ ਗੱਲ ਹੈ ਕਿ ਸਾਡੀ ਮਨਸ਼ਾ ਕੀ ਹੈ। ਸੰਗਤ ਜੀ, ਗੁਰੂ ਨੇ ਦਾਤਾਂ ਦੇਣੀਆਂ ਨੇ, ਰੱਬ ਗਿਣਤੀਆਂ ਮਿਣਤੀਆਂ ਨਾਲ ਨਹੀਂ ਮਿਲਦਾ ਕਿ ਮੈਂ 40 ਦਿਨ ਗੁਰਦੁਆਰੇ ਜਾਵਾਂਗਾ, ਨਹੀਂ। ਮਹਾਰਾਜ ਦੀ ਬਾਣੀ ਦਾ ਵਾਕ ਹੈ, ਆਠ ਪਹਿਰ ਅਰਾਧੀ ਪੂਰਨ ਸਤਿਗੁਰ ਗਿਆਨ, ਗੁਰਬਾਣੀ ਚਟਸਾਲ ਹੈ ਜਿਤ ਸੰਗ, ਗੁਰਬਾਣੀ ਸਤਿਗੁਰੂ ਮਹਾਰਾਜ ਦੀ ਬਾਣੀ ਤਾਂ ਕਹਿੰਦੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ। ਹਜ਼ੂਰ ਪਾਤਸ਼ਾਹ ਦਾ ਤਾਂ ਬਚਨ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਨਾਮ ਧਿਆਵੇ। ਸਤਿਗੁਰੂ ਮਹਾਰਾਜ ਨੇ ਤੇ ਬਾਣੀ ਦੇ ਵਿੱਚ ਇਹ ਗੱਲ ਆਖੀ ਅੰਤ ਨਾ ਸਿਫਤੀ ਕਹਿਣ ਨਾ ਅੰਤ। ਜੇ ਕੋਈ ਇਹ ਗੱਲ ਕਵੇ ਨਾ ਕਿ ਮੈਂ ਰੱਬ ਦਾ ਅੰਤ ਪਾ ਸਕਾਂ, ਗਿਣ ਨਹੀਂ ਜਾ ਸਕਦਾ, ਇਹ ਸਿਰਫ ਉਹਦਾ ਭੁਲੇਖਾ ਹੈ। ਅੰਤ ਨਾ ਕਰਨੇ ਦੇ ਨਾ ਅੰਤ, ਅਕਾਲ ਪੁਰਖ ਦੀ ਰਚਨਾ ਤੇ ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਐਡਾ ਵੱਡਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ। ਉਹਦੇ ਭੰਡਾਰੇ ਤਾਂ ਅਗੰਤ ਨੇ, ਕਦੇ ਖਾਲੀ ਨਹੀਂ ਹੁੰਦਾ। ਤੁਸੀਂ ਦੇਖਣਾ ਉਸ ਅਕਾਲ ਪੁਰਖ ਕੋਲ ਅਸੀਂ ਦਾਤਾ ਮੰਗਦੇ ਹਾਂ, ਵਾਹਿਗੁਰੂ ਦਾਤਾ ਦੇ ਵੀ ਜਾ ਰਿਹਾ, ਪਰ ਜਿਹਨੂੰ ਸਮਝ ਆ ਜਾਂਦੀ ਹੈ ਤੇ ਫਿਰ ਉਹ ਇਹ ਬਾਤ ਕਹਿ ਦਿੰਦਾ ਹੈ। ਜਦੋਂ ਅੰਦਰ ਸਮਝ ਪੈਦਾ ਹੋ ਜਾਏ, ਸ਼ਬਦ ਵਸ ਜਾਏ, ਸਤਿਗੁਰ ਤੇਰਾ ਦਿੱਤਾ ਖਾਵਣ, ਉਹ ਫਿਰ ਸ਼ੁਕਰਾਨਾ ਕਰਦਾ ਹੈ। ਦਾਤ ਪਿਆਰੀ ਵਿਸਰਿਆ ਦਤਾਰਾ, ਸਾਡੀ ਤੇ ਹਾਲਤ ਇਹ ਹੈ ਅਸੀਂ ਤੇ ਸਿਰਫ ਦਾਤਾਂ ਕਰਕੇ ਗੁਰੂ ਨੂੰ ਯਾਦ ਕਰਦੇ ਹਾਂ, ਦਤਾਰਾ ਸਾਨੂੰ ਵਿਸਰਿਆ ਹੋਇਆ, ਅਸੀਂ ਸਿਰਫ ਦਾਤਾਂ ਨੂੰ ਪਿਆਰ ਕਰ ਰਹੇ ਹਾਂ ਜਿਸ ਦਾਤੇ ਨੇ ਸਾਨੂੰ ਸਾਰਾ ਕੁਝ ਦਿੱਤਾ। ਕਈ ਵਾਰ ਤੁਸੀਂ ਦੇਖਣਾ ਸਾਡੀ ਹਾਲਤ ਕੀ ਹੈ ਸੰਗਤ ਜੀ, ਕਈ ਵਾਰ ਸੰਗਤ ਨੂੰ ਕਹਿਣਾ ਨਾ ਕਿ ਸੰਗਤ ਜੀ ਗੁਰੂ ਘਰ ਡੇਲੀ ਆਇਆ ਕਰੋ, ਭਾਈ ਸਾਹਿਬ ਕੀ ਦੱਸੀਏ, ਕੰਮਾਂ ਕਾਰਾਂ 'ਚੋਂ ਸਮਾਂ ਹੀ ਨਹੀਂ ਲੱਗਦਾ। ਜਿਸ ਗੁਰੂ ਕੋਲ ਕੰਮ ਕਾਰ ਦੀ ਦਾਤ ਮੰਗੀ, ਭਾਈ ਸਾਹਿਬ ਕੋਲ ਅਰਦਾਸ ਕਰਵਾਈ ਕਿ ਭਾਈ ਸਾਹਿਬ ਅਰਦਾਸ ਕਰੋ ਕਿ ਕੰਮ ਕਾਰ ਚੱਲ ਜਾਏ, ਤੇ ਮੈਂ ਕਈ ਵਾਰ ਹੱਸ ਕੇ ਕਹਿੰਦਾ ਹੁੰਦਾ ਵਾਂ ਕਿ ਵਾਹਿਗੁਰੂ ਨੂੰ ਕਹਿ ਦਈਏ ਕਿ ਇਹਨਾਂ ਕੋਲ ਟਾਈਮ ਨਹੀਂ ਰਹਿ ਗਿਆ, ਕੰਮਾਂ ਕਾਰਾਂ 'ਚ ਇੰਨੇ ਬਿਜ਼ੀ ਹੋ ਗਏ, ਥੋੜੇ ਜਿਹੇ ਕੰਮ ਸਲੋ ਕਰ ਦਿਓ, ਆਪਣੇ ਆਪ ਆ ਜਾਣਗੇ। ਸੰਗਤ ਜੀ, ਮਹਾਰਾਜ ਕਹਿਣ ਲੱਗੇ ਅੰਤ ਨਾ ਕਰਨੇ ਦੇ ਨਾ ਅੰਤ, ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਅੰਤ ਨਾ ਵੇਖਣ ਨਾ ਸੁਣਨਾ ਅੰਤ,
ਵੇਖਣ ਤੇ ਸੁਣਨ ਦੇ ਨਾਲ ਵੀ ਉਹਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ। ਅੰਤ ਨਾ ਜਾਪੇ ਕਿਆ ਮਨਮੰਤ, ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਹੈ? ਇਸ ਗੱਲ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹ ਪਰਮੇਸ਼ਰ ਹੈ। ਉਹ ਸਾਰਿਆਂ ਨੂੰ ਇੱਕ ਨਿਗਾਹ ਨਾਲ ਦੇਖਦਾ ਹੈ। ਦੇਖੋ, ਸਾਡੀ ਨਿਗਾਹ ਹੋਰ ਹੋ ਜਾਂਦੀ ਹੈ। ਅਸੀਂ ਨੀਵੇਂ ਨੂੰ ਨੀਵਾਂ ਸਮਝਦੇ, ਉੱਚੇ ਨੂੰ ਉੱਚਾ ਸਮਝਦੇ ਹਾਂ ਨਾ। ਉਹ ਰੱਬ ਸਾਰਿਆਂ ਨੂੰ ਇੱਕ ਸਮਾਨ ਸਮਝਦਾ। ਉਹਦੇ ਮਨ ਵਿੱਚ ਕੀ ਹੈ ਕੋਈ ਨਹੀਂ ਜਾਣ ਸਕਦਾ। ਅੰਤ ਨਾ ਜਾਪੇ ਕਿਆ ਮਨ ਮੰਤ, ਕੋਈ ਨਹੀਂ ਜਾਣ ਸਕਦਾ। ਅੰਤ ਨਾ ਜਾਪੇ ਕੀਤਾ ਕਰ, ਅਕਾਲ ਪੁਰਖ ਇਹ ਜਗਤ ਵਿੱਚ ਉਹ ਕਿੱਦਾਂ ਦਾ ਹੈ ਦਿਸ ਰਿਹਾ, ਕੋਈ ਅੰਤ ਨਹੀਂ ਪਾ ਸਕਦਾ, ਕਿੱਡਾ ਕੁ ਆਕਾਰ ਹੈ। ਅੰਤ ਨਾ ਜਾਪੇ ਪਾਰਾਵਾਰ, ਇਸ ਦਾ ਉਰਲਾ ਤੇ ਪਰਲਾ ਬੰਨਾ ਵੀ ਕੋਈ ਪਾਰ ਨਹੀਂ ਪਾ ਸਕਦਾ। ਅੰਤ ਕਾਰਨ ਕੇਤੇ ਬਿਲਾਹੇ, ਕਈ ਮਨੁੱਖ ਅਕਾਲ ਪੁਰਖ ਦੇ ਹੱਦ ਬੰਨਣ ਲੱਭਣ ਲਈ ਤਰਲੇ ਲੈ ਰਹੇ ਨੇ ਕਿ ਸ਼ਾਇਦ ਮੈਨੂੰ ਲੱਭ ਜਾਏ। ਬੜੇ ਆਏ ਰਿਸ਼ੀ ਮੁਨੀ, ਬੜਿਆਂ ਨੇ ਕਿਹਾ, ਰਾਵਣ ਵਰਗਿਆ ਕੀ ਕਹਿੰਦਾ ਸੀ ਕਿ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ, ਪਰ ਉਹਦੀ ਵੀ ਮੌਤ ਅਟਲ ਸੱਚਾਈ ਹੈ। ਮਹਾਰਾਜ ਕਹਿਣ ਲੱਗੇ ਤਾਂ ਕਿ ਅੰਤ ਨਾ ਪਾਏ ਜਾਏ, ਪਰ ਉਹਨਾਂ ਦੇ ਹੱਦ ਬੰਨੇ ਨਹੀਂ ਲੱਭ ਸਕੇ। ਇਹ ਅੰਤ ਨਾ ਜਾਣੇ ਕੋਈ, ਇਸ ਅਕਾਲ ਪੁਰਖ ਦੇ ਹੰਨ ਬੰਨੇ ਦੀ ਬੇਅੰਤ ਦੀ ਜੀਵ ਭਾਲ ਕਰੇ, ਪਰ ਮਨੁੱਖ ਅੰਤ ਨਹੀਂ ਪਾ ਸਕੇ। ਬਹੁਤਾ ਕਹੀਏ ਬਹੁਤਾ ਹੋਏ, ਜਿਉਂ ਜਿਉਂ ਇਹ ਗੱਲਾਂ ਆਖੀ ਜਾਵੀਏ, ਉਹ ਵੱਡਾ ਹੈ ਤਿਉਂ ਤਿਉਂ ਉਹ ਹੋਰ ਵੱਡਾ ਹੋਈ ਜਾ ਰਿਹਾ, ਉਹ ਹੋਰ ਵੱਡਾ ਪ੍ਰਤੀਕ ਹੋਣ ਲੱਗ ਪਿਆ। ਵੱਡਾ ਸਾਹਿਬ ਉੱਚਾ ਥਾਉ, ਉਹ ਸਾਹਿਬ ਵੱਡਾ ਵੀ ਹੈ, ਉਹਦਾ ਟਿਕਾਣਾ ਵੀ ਉੱਚਾ ਵਾ। ਉੱਚੇ ਉੱਪਰ ਉੱਚਾ ਨਾ ਹੋ ਤੇ ਉਹਦਾ ਨਾਮ ਨਾ ਵੀ ਉੱਚਾ ਹੈ, ਉਹਦਾ ਨਾਮ ਵੀ ਉੱਚਾ। ਇਹ ਵੜ ਉੱਚਾ ਹੋਵੇ ਕੋਈ, ਜੇ ਕੋਈ ਹੋਰ ਉਸ ਜੇਵੜ ਵੱਡਾ ਹੋ ਜਾਵੇ ਤੇ ਸੋਚੇ ਕੋ ਜਾਣੇ ਸੋਏ, ਤੇ ਉਹੀ ਉਸ ਅਕਾਲ ਪੁਰਖ ਨੂੰ ਸਮਝ ਸਕਦਾ ਹੈ ਜਿਨ੍ਹਾਂ ਅੰਦਰ ਨਾਮ ਵਸ ਜਾਂਦਾ ਹੈ ਨਾ। ਜਿਹੜੇ ਬੰਦਗੀ ਕਰਦੇ ਸੰਗਤ ਜੀ, ਉਹੀ ਪਰਮਾਤਮਾ ਨੂੰ ਜਾਣਦੇ ਨੇ। ਜੇਵੜ ਆਪ ਜਾਣੇ ਆਪ ਆਪ, ਅਕਾਲ ਪੁਰਖ ਆਪ ਹੀ ਜਾਣਦਾ ਉਹ ਕਿੱਡਾ ਵੱਡਾ ਹੈ। ਨਾਨਕ ਨਦਰੀ ਕਰਮੀ ਦਾਤ, ਤੇ ਇਹੋ ਜਿਹਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਮਿਹਰ ਤੇ ਨਜ਼ਰ ਦੇ ਨਾਲ ਮਿਲਦਾ ਹੈ। ਗੁਰੂ ਕਿਰਪਾ ਕਰੇ ਅਸੀਂ ਵੀ ਉਹਦੇ ਗੁਣਾਂ ਵਿੱਚ ਸਮਾ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।